ਇੱਥੇ ਚਾਹੁੰਦੇ ਹਾਂ ਕਿ ਸਰਕਾਰ ਇਨਸਾਫ ਦੇਵੇ, ਲੋਕਾਂ ਨੂੰ ਜਿਹੜੀ ਹੈ ਇੱਥੇ ਅਮਨ ਕਾਨੂੰਨ ਬਹਾਲ ਹੋਵੇ, ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲੁਧਿਆਣਾ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਸਨਅਤਕਾਰਾਂ ਨਾਲ ਮੀਟਿੰਗ ਤੋਂ ਪਹਿਲਾਂ ਤਿੱਖਾ ਹਮਲਾ ਕੀਤਾ ਹੈ। ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪਾਰਟੀ ਆਗੂਆਂ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸੂਬੇ ਵਿੱਚ ਉਦਯੋਗਾਂ ਦੀ ਹਾਲਤ ਮਾੜੀ ਹੈ, ਜੋ ਹੁਣ ਉੱਤਰ ਪ੍ਰਦੇਸ਼ ਨਾਲੋਂ ਵੀ ਪਛੜ ਗਿਆ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈੱਬ ਟੀਵੀ ਅਤੇ ਤਾਜ਼ੀ ਖ਼ਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। ਮੈਂ ਲੁਧਿਆਣਾ ਕੁਛ ਨਸਲਿਸਟਾਂ ਨੂੰ ਮਿਲਣ ਲਈ ਆਇਆ ਸੀ ਅਤੇ ਸ਼ਾਮ ਨੂੰ ਉਹਨਾਂ ਦਾ ਪ੍ਰੋਗਰਾਮ ਹੈ। ਉਸੇ ਸਮੇਂ ਆਪਣੀ ਪਾਰਟੀ ਦੇ ਵਰਕਰਾਂ ਨੂੰ, ਲੀਡਰਾਂ ਨੂੰ, ਆਮ ਲੋਕਾਂ ਨੂੰ ਮਿਲਣ ਦਾ ਯਤਨ ਕੀਤਾ ਔਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ। ਇੱਥੇ ਪੁਰਾਣੀਆਂ ਹੀ ਸਮੱਸਿਆਵਾਂ ਚੱਲੀਆਂ ਆ ਰਹੀਆਂ ਨੇ, ਬੁੱਢੇ ਨਾਲੇ ਦੀ, ਸਫਾਈ ਦਾ, ਜਿਹੜੀਆਂ ਪੈਸਾ ਕੇਂਦਰ ਸਰਕਾਰ ਤੋਂ ਆ ਰਿਹਾ ਉਹ ਪ੍ਰੋਪਰਲੀ ਯੂਜ਼ ਨਹੀਂ ਹੋ ਰਿਹਾ ਜਾਂ ਉਹਨਾਂ ਨੂੰ ਦੁਰਵਰਤੋਂ ਹੋ ਰਹੀ ਹੈ। ਕਈ ਐਸੇ ਵੀ ਚੀਜ਼ਾਂ ਸਾਹਮਣੇ ਆਈਆਂ ਜਿੱਥੇ ਰੋਡ ਬਣ ਰਹੀ ਹੈ ਪਰ ਉਹ ਪ੍ਰੋਪਰ ਉਹਦਾ ਠੀਕ ਨਹੀਂ ਚੱਲ ਰਹੀ, ਉਹਦੇ 'ਤੇ ਖੱਡੇ ਬਣੇ ਹੋਏ ਆ। ਹੋਰ ਵੀ ਲੋਕਾਂ ਨੇ ਆਪਣੀਆਂ ਜਾਤੀ PUSS ਵਾਲੇ ਬੱਚਿਆਂ ਨੇ ਵੀ ਆਪਣਾ ਕੇਸ ਦੱਸਿਆ ਕਿਵੇਂ ਇਹ ਐਕਸਪਲੋਇਟੇਸ਼ਨ ਆਫ ਗਰਲਸ ਦੇ ਖਿਲਾਫ਼ ਕੰਮ ਕਰ ਰਹੇ ਸੀਗੇ ਔਰ ਇਹਨਾਂ ਦੇ ਨਾਲ ਜਿਹੜੀ ਹੈ ਬਦਸਲੂਕੀ ਹੁੰਦੀ ਹੈ ਜਾਂ ਇਹਨਾਂ ਨਾਲ ਇਨਸਾਫ਼ ਨਹੀਂ ਮਿਲ ਰਿਹਾ। ਇਸ ਤਰ੍ਹਾਂ ਕਰਕੇ ਇਹਨਾਂ ਨਾਲ ਮੈਂ ਮਿਲਿਆ ਲੋਕਾਂ ਨੂੰ। ਤੁਸੀਂ ਇੰਡਸਟਰੀ ਗੱਲ ਕੀਤੀ ਹੈ, ਨੈਕਸਟ ਵੀਕ ਆ ਰਹੇ ਨੇ, ਕੇਜਰੀਵਾਲ ਸਾਹਿਬ ਵੀ ਆ ਰਹੇ, ਭਗਵੰਤ ਮਾਨ ਵੀ ਆ ਰਹੇ ਨੇ, ਤਾਂ ਲੱਗਦਾ ਹੈ ਕਿ ਤੁਸੀਂ ਕਹਿ ਰਹੇ ਕੁਝ ਕੰਮ ਨਹੀਂ ਹੋ ਰਿਹਾ, ਉਹ ਫਿਰ ਉਹੀ ਗੱਲਾਂ ਕਰਨਾ ਜੋ ਇਲੈਕਸ਼ਨ ਤੋਂ ਪਹਿਲਾਂ ਕੀਤੀਆਂ ਸੀ? ਮੈਨੂੰ ਉਹਨਾਂ ਦਾ ਹੋਇਆ ਕੰਮ ਡੇਢ ਸਾਲ 'ਚ ਜੇ ਕੁਝ ਹੋਇਆ ਤਾਂ ਤੁਸੀਂ ਦੱਸ ਦਿਓ ਅਤੇ ਮੈਨੂੰ ਬੜਾ ਅੱਛਾ ਲੱਗੇਗਾ। ਮੈਂ ਤਾਂ ਜਿਹੜੀ ਗੱਲ ਸੱਚ ਹੈ ਉਹੀ ਗੱਲ ਕੀਤੀ ਹੈ। ਪੰਜਾਬ ਵਿਨਾਸ਼ ਦੇ ਰਾਹ 'ਤੇ ਹੈ, ਜਿਹੜੇ ਲੋਕ ਹੈ ਉਹ ਖੁਦਕੁਸ਼ੀਆਂ ਕਰ ਰਹੇ ਆ, ਨਸ਼ਿਆਂ ਨਾਲ ਨੌਜਵਾਨ ਮਰ ਰਹੇ ਆ, ਇੱਕ ਭੈ ਦਾ ਮਾਹੌਲ ਬਣਿਆ ਹੋਇਆ। ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਹੈਗੀਆਂ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਨਸਾਫ ਦੇਵੇ, ਲੋਕਾਂ ਨੂੰ ਜਿਹੜੀ ਹੈ ਇੱਥੇ ਅਮਨ ਕਾਨੂੰਨ ਬਹਾਲ ਹੋਵੇ, ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜੀ ਹੈ ਹਿਜਰਤ ਹੋ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ। ਬੱਚੇ ਸਾਡੇ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਖਰਾਬ ਹੋ ਰਹੇ, ਉੱਥੇ ਕੋਈ ਲਾਈਫ ਇੰਨੀ ਚੰਗੀ ਨਹੀਂ ਹੈਗੀ। ਸੋ ਗੱਲ ਵਿਕਾਸ ਦੀ ਹੈ ਔਰ ਵਿਕਾਸ ਜਿਹੜਾ ਹੈ ਉਹ ਠੰਡੇ ਮਨ ਨਾਲ ਹੋਣਾ, ਰੌਲਾ ਪਾਇਆ ਨਹੀਂ ਹੋਣਾ। ਸਾਰਾ ਦੇਸ਼ ਵਿਕਸਿਤ ਹੋਇਆ, ਸਾਰੇ ਦੇਸ਼ ਦੇ ਵਿੱਚ ਜਿਹੜੀ ਸਟੇਟ ਨੂੰ ਅਸੀਂ ਕਹਿੰਦੇ ਸੀ ਕਿ ਉੱਤਰ ਪ੍ਰਦੇਸ਼ ਬੜੀ ਪਿੱਛੇ ਰਹਿ ਗਈ, ਗੁਜਰਾਤ ਦੀ ਤਾਂ ਗੱਲ ਹੀ ਛੱਡੋ, ਉਹ ਅੱਜ ਦੁਨੀਆ ਦੀ ਨੰਬਰ ਵਨ ਸਟੇਟ ਬਣ ਗਈ ਹੈ ਅਤੇ ਪੰਜਾਬ ਜਿਹੜੀ ਭਾਰਤ ਦੀ ਨੰਬਰ ਵਨ ਸਟੇਟ ਹੈ ਉਹ ਹੁਣ ਬਹੁਤ ਪਿੱਛੇ ਚਲੇ ਗਈ ਹੈ ਵਿਕਾਸ। ਇਹਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਇਆ। ਇੰਡੀਆ ਦੇ ਗਠਜੋੜ ਬਣਾਇਆ ਆ, ਲੇਕਿਨ ਆਪਸ ਵਿੱਚ ਇਹਨਾਂ ਦਾ ਕਲੇਸ਼ ਚੱਲਦਾ ਪਿਆ, ਉਹ ਕਹਿੰਦੇ ਸੀ ਆਮ ਆਦਮੀ ਪਾਰਟੀ ਕੁਝ ਹੋਰ ਕਹਿ ਰਹੀ, ਕਹਿੰਦੇ ਅਸੀਂ ਅਲੱਗ ਕਰ ਲੈਣਾ, ਕਿਵੇਂ ਲੱਗਦਾ ਹੈ ਕਿ ਸਿਰ ਦਿਖਾਵਾ ਹੀ ਹੈ, ਕੀ ਚੱਕਰ ਹੈ? ਇਹ ਇੱਕ ਜਿਹਨੂੰ ਮੌਕਾ ਪ੍ਰਸਤੀ ਦਾ ਕੰਮ ਲੱਗਦਾ, ਇਹਨਾਂ ਨੂੰ ਇਹ ਨਹੀਂ ਪਤਾ ਲਾੜਾ ਕੌਣ ਹੈ ਅਤੇ ਜਾਂਜੀ ਕੌਣ ਹੈ। ਹਾਂਜੀ, ਅਤੇ ਇਹ ਜਿਹੜੀ ਹੈ ਇੱਕ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਊਟ ਆਫ ਡੈਸਪਰੇਸ਼ਨ। ਭਾਰਤ ਦੁਨੀਆ ਦਾ ਨੰਬਰ ਇੱਕ ਮੁਲਕ ਬਣ ਜਾ ਰਿਹਾ, ਭਾਰਤ ਨੇ ਹਰ ਖੇਤਰ ਦੇ ਵਿੱਚ ਵਿਕਾਸ ਕੀਤਾ ਹੈ। ਮੋਦੀ ਜੀ ਯੁੱਗ ਪੁਰਸ਼ ਹੈਗੇ ਆ ਔਰ ਯੁੱਗ ਪੁਰਸ਼ ਨੂੰ ਆਉਣ ਵਾਲੀਆਂ ਨਸਲਾਂ ਵੀ ਯਾਦ ਕਰਨਗੀਆਂ ਕਿ ਕਿਸ ਤਰ੍ਹਾਂ ਇੱਕ ਧਰਤੀ ਤੋਂ ਚੁੱਕ ਕੇ ਅਸਮਾਨ ਤੱਕ ਸਾਡੇ ਦੇਸ਼ ਨੂੰ ਮੋਦੀ ਸਾਹਿਬ ਲੈ ਕੇ ਗਏ ਆ। ਅਤੇ ਉਹ ਅਸੀਂ ਆਪਣੀ ਨੀਤੀ ਨਾਲ ਚੱਲਦੇ ਹਾਂ, ਇਹਨਾਂ ਨੇ ਆਪਣੀ ਨੀਤੀ ਹੈ। ਗੱਲ ਕਰਨੀ ਜਿਹੜੀ ਹੈ ਉਹਨੂੰ ਪੂਰਾ ਨਾ ਕਰਨਾ, ਗੁੰਮਰਾਹ ਕਰਨਾ, ਇਹ ਸਾਡੀ ਨੀਤੀ ਨਹੀਂ। ਅਸੀਂ ਕੇਵਲ ਸੱਚ ਤਿੰਨ ਧਾਰਨੀ ਹਾਂ ਅਤੇ ਉਹ ਗੱਲ ਕਰਦੇ ਹਾਂ ਜਿਹੜੀ ਅਸੀਂ ਪੂਰੀ ਕਰ ਦਈਏ। ਜੇ ਅਸੀਂ ਚੰਦਰਯਾਨ ਦੀ ਵੀ ਗੱਲ ਕਰਦੇ ਹਾਂ ਅਤੇ ਅਸੀਂ ਚੰਦਰਯਾਨ ਉੱਥੇ ਸਥਾਪਿਤ ਕਰਕੇ ਵੀ ਦਿਖਾਇਆ। ਜੇ ਅਸੀਂ ਕਰੋਨਾ ਦੀ ਗੱਲ ਕਰਦੇ ਹਾਂ ਅਤੇ 80 ਕਰੋੜ ਲੋਕਾਂ ਨੂੰ ਖਾਣਾ ਵੀ ਦੇ ਰਹੇ ਹਾਂ, ਅਸੀਂ ਸਾਰੀ ਦੁਨੀਆ ਨੂੰ ਜਿਹੜੇ ਕਰੋਨਾ ਦੇ ਵੈਕਸੀਨੇਸ਼ਨ ਦਿੱਤੇ। ਸਰ, ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਨੇ, ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ, ਤੁਹਾਨੂੰ ਤਾਂ ਕੀ ਲੱਗਦਾ ਕਿ BJP ਦੇ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸਨਮਾਨ ਨਹੀਂ ਮਿਲਿਆ? ਕੈਪਟਨ ਸਾਹਿਬ ਇਸ ਗੱਲ ਦਾ ਜਵਾਬ ਉਹੀ ਦੇ ਸਕਦੇ ਆ ਕਿਉਂ ਗਏ ਸੀ। ਇਹਨਾਂ ਨੂੰ ਬਿਹਤਰ ਹੈ, ਸਾਡਾ ਤਾਂ ਹਰ ਵਰਕਰ ਸਨਮਾਨਯੋਗ ਹੈ, ਅਸੀਂ ਜਿਹੜਾ ਵੀ ਬੰਦਾ ਆਉਂਦਾ ਹੈ ਉਹਨੂੰ ਇੱਜ਼ਤ ਮਾਣ ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ। ਸਰ, ਕੈਨੇਡਾ ਦੇ ਇੱਕ ਮੰਦਰ 'ਚ ਪ੍ਰਧਾਨ ਨਰਿੰਦਰ ਮੋਦੀ ਦੇ ਲੈ ਕੇ ਕੁਝ ਅਪਸ਼ਬਦ ਲਿਖੇ ਨੇ ਕੈਨੇਡਾ ਦੇ ਮੰਦਰ ਵਿੱਚ, ਅਤੇ ਖਾਲਿਸਤਾ ਸਮਰਥਕ ਨੇ ਵੀ ਲੈਟਰ ਲਿਖੀ ਹੈ ਰਾਸ਼ਟਰਪਤੀ ਨੂੰ ਅਮਰੀਕਾ ਦੇ G20 ਤੋਂ ਪਹਿਲਾਂ,
की समझते हो कि माहौल खराब करने की कोशिश है? तुसी आप ही जवाब देता है। नहीं तो अनु की लगता है कि जो है जो काम जो मैं तुम्हारी गल नाल ही सहमत है जी तुम्हें की लगता है उन्होंने कहा है कि सारे सपोर्ट करो पन्नू ने कहा है कि पन्नू नाम का कोई व्यक्ति नहीं है वो एक एजेंट हैगा ISI का अपने जाति स्वार्थ लई लोगों नू गुमराह कर रहा और नौजवानों नू पुठे पासे ला रहा ऐसे व्यक्ति जिहड़ा है उहदा कोई आधार नहीं हैगा जे उहने करना है असी हुण भी इलैक्शन लोग सभा की आने वाली है हर 2.5 साल बाद कोई ना कोई इलैक्शन होंदी है एक इलैक्शन जिहड़ा रेफरेंडम है जिथे लोग अपनी राय देंदे है और जिहड़ी भी सरकार जिहनू चाहुण बना लैण ते सरकार डेमोक्रेटिकली देश नू चलावे समाज नू चलावे जे उन्होंने इन्ना ही चा चढ़िया तो भारत आ जाए अप्लाई कर जिते वह पिंड है उतों इलैक्शन लड़े जे मैंबर पंचायत भी बन गया तो सानू फड़ लियो। पटवारियों ने काफ़ी प्रेस चल रहा पंजाब लगातार विरोध कर रहे सूबा सरकार फिर भी विरोध देखो कर्मचारी सरकार की रीढ़ की हड्डी होंगे है उन्होंने जायज़ मंगा मननिया चाहिए और किसी को भी जो भ्रिष्टाचार वह भी काबू छोड़ना चाहिए। सर किसान G20 का विरोध कर रहे हैं कहते असी किसान तो विरोध नहीं कर रहे कुछ वो लोग विरोध कर रहे हैं जिन्होंने एजिटेशन अपना पेशा बनाया हुआ।